ਹੈਲੋ एवरीवन ਇੱਕ ਵਾਰੀ ਆਪਾਂ ਫੇਰ ਤੋਂ ਆ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਜਿਵੇਂ ਕਿ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਇਹ ਬੋਰਡ ਦੀ ਵੈਬਸਾਈਟ ਹੈ ਜੋ 6835 ਵਾਲਾ ਪੇਜ ਹੈ ਸੋ ਇਸ ਪੇਜ ਨੂੰ ਮੈਂ ਰੀਫਰੈਸ਼ ਕਰਨ ਜਾ ਰਿਹਾ ਕਿਉਂਕਿ ਹੁਣ ਜੋ ਨੋਟਿਸ ਹੈ ਉਹ 7 11 2021 ਵਾਲਾ ਹੈ ਜਿਸ ਵਿੱਚ ਫਾਈਨਲ ਆਨਸਰ ਕੀ ਜੋ ਹੈ ਉਹ ਅਪਲੋਡ ਕੀਤੀ ਗਈ ਸੀ ਸੋ ਰੀਫਰੈਸ਼ ਕਰਦੇ ਹਾਂ ਦੇਖਦੇ ਹਾਂ ਕੀ ਨਵਾਂ ਨੋਟਿਸ ਆਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੀਫਰੈਸ਼ ਕਰਨ ਤੋਂ ਬਾਅਦ ਇੱਕ ਨਵਾਂ ਨੋਟਿਸ ਜੋ ਹੈ ਉਹ ਬੋਰਡ ਵੱਲੋਂ ਅਪਲੋਡ ਕੀਤਾ ਗਿਆ ਹੈ ਜਿਸ ਦੀ ਡੇਟ ਹੈ 9 11 2021 ਸੋ ਇਹ ਨੋਟਿਸ ਹੈ ਪਬਲਿਕ ਨੋਟਿਸ ਰਿਗਾਰਡਿੰਗ ਅਪਡੇਸ਼ਨ ਆਫ ਗ੍ਰੈਜੂਏਸ਼ਨ ਮਾਰਕਸ ਬਾਈ ਈਟੀਟੀ 6835 ਪੋਸਟ ਜੋ 6835 ਵਾਲੀਆਂ ਪੋਸਟਾਂ ਸੀ ਉਹਨਾਂ ਦੇ ਵਿੱਚ ਆਪਣੇ ਮਾਰਕਸ ਅਪਗ੍ਰੇਡ ਕਰਨ ਲਈ ਇਹ ਨੋਟਿਸ ਆਇਆ ਹੈ ਇੱਕ ਵਾਰੀ ਆਪਾਂ ਨੋਟਿਸ ਨੂੰ ਪੜ੍ਹ ਲਈਏ ਤਾਂ ਹੀ ਪੂਰਾ ਪਤਾ ਲੱਗੇਗਾ ਕਿ ਇਸ ਨੋਟਿਸ ਦੇ ਵਿੱਚ ਕੀ ਕਿਹਾ ਗਿਆ ਹੈ ਸੋ ਨੋਟਿਸ ਡਾਊਨਲੋਡ ਹੋ ਚੁੱਕਿਆ ਹੈ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਇਸ ਨੋਟਿਸ ਨੂੰ ਪੜਨ ਤੋਂ ਬਾਅਦ ਜੋ ਵੀ ਇਸ ਨੋਟਿਸ ਦੇ ਵਿੱਚ ਗਾਈਡ ਕੀਤਾ ਹੋਏਗਾ ਉਸ ਨੂੰ ਕਿਵੇਂ ਆਪਾਂ ਫਿਲ ਕਰਨਾ ਹੈ ਉਹ ਪੂਰਾ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਇੱਕ ਨਵੀਂ ਵੀਡੀਓ ਬਣਾ ਕੇ ਦੱਸਿਆ ਜਾਏਗਾ ਇਸ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਏਗਾ ਔਰ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਉਣਾ ਪਏਗਾ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਵੱਲੋਂ ਇਹ ਜੋ ਹੈ 9 11 2021 ਨੂੰ ਅਪਡੇਟ ਕੀਤਾ ਗਿਆ ਹੈ ਇਸ ਦਾ ਮੀਮੋ ਨੰਬਰ A ਹੈ ਇਸ ਨੋਟਿਸ ਦੇ ਵਿੱਚ ਕੀ ਲਿਖਿਆ ਗਿਆ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 30 7 2021 ਨੂੰ 6835 ATD ਕਾਰਡਰ ਦੀਆਂ ਅਤੇ ਮਿਤੀ 12 8 2021 ਨੂੰ ਜੇਲ ਵਿਭਾਗ ਦੀਆਂ 22 ਵੈਕੈਂਸੀਆਂ ਜੋ ਹੈ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਇਸ ਵਿੱਚ ਕੀ ਕਿਹਾ ਗਿਆ ਹੈ ਇਸ ਸੰਬੰਧੀ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਵਿਭਾਗ ਨੂੰ ਉਹਨਾਂ ਦੁਆਰਾ ਅਪਲਾਈ ਕੀਤੀ ਯੋਗਤਾ ਵਿੱਚ ਗ੍ਰੈਜੂਏਸ਼ਨ ਦੇ ਅੰਕਾਂ ਨੂੰ ਜੋੜਨ ਸੰਬੰਧੀ ਈਮੇਲਾਂ ਪ੍ਰਤੀ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ ਕਿਉਂਕਿ ਜਦੋਂ ਫਾਰਮ ਫਿਲ ਕਰਵਾਏ ਜਾ ਚੁੱਕੇ ਸੀ ਉਦੋਂ 2021 ਵਾਲਾ ਗ੍ਰੈਜੂਏਸ਼ਨ ਦਾ ਰਿਜ਼ਲਟ ਨਹੀਂ ਆਇਆ ਸੀ ਔਰ ਕਈ ਸਾਰੇ ਕੈਂਡੀਡੇਟ ਨੇ ਇਸ ਕਰਕੇ ਹੀ ਅਪਲਾਈ ਕੀਤਾ ਸੀ ਮੇਲਸ ਕੀਤੀਆਂ ਸੀ ਬੋਰਡ ਨੂੰ ਫੋਨ ਕਾਲ ਵੀ ਕੀਤੀਆਂ ਕਿ ਇੱਕ ਵਾਰੀ ਕਰੈਕਸ਼ਨ ਲਿੰਕ ਨੂੰ ਖੋਲ੍ਹਿਆ ਜਾਏ ਸੋ ਉਸੇ ਕਰਕੇ ਹੀ ਇਹ ਜੋਇਆ ਕਰੈਕਸ਼ਨ ਲਿੰਕ ਖੋਲਿਆ ਗਿਆ ਹੈ ਕਿ ਆਪਣੇ ਮਾਰਕਸ ਜੋਇਆ ਤੁਸੀਂ ਅਪਡੇਟ ਕਰ ਸਕੋ ਸੋ ਅੱਗੇ ਦੇਖਦੇ ਹਾਂ ਕੀ ਲਿਖਿਆ ਹੈ ਇਸ ਲੀਵ ਵਿਭਾਗ ਵੱਲੋਂ ਕੇਵਲ ਗ੍ਰੈਜੂਏਸ਼ਨ ਪਾਸ ਸੰਬੰਧੀ ਯੋਗਤਾ ਅਪਡੇਟ ਕਰਨ ਅਤੇ ਸੰਬੰਧਿਤ ਸਰਟੀਫਿਕੇਟ ਦੀ ਸਕੈਨਡ ਕਾਪੀ ਅਪਲੋਡ ਕਰਨ ਲਈ ਮਿਤੀ 13 11 2021 ਸ਼ਾਮ 5 ਵਜੇ ਤੱਕ ਉਮੀਦਵਾਰਾਂ ਨੂੰ ਸਮਾਂ ਦਿੱਤਾ ਜਾਂਦਾ ਹੈ ਸੋ ਤੁਸੀਂ ਕੀ ਸਿਰਫ ਅਪਡੇਟ ਕਰ ਸਕਦੇ ਹੋ ਕੇਵਲ ਗ੍ਰੈਜੂਏਸ਼ਨ ਪਾਸ ਸੰਬੰਧੀ ਯੋਗਤਾ ਤੁਸੀਂ ਆਪਣੀ ਗ੍ਰੈਜੂਏਸ਼ਨ ਸੰਬੰਧੀ ਜੋ ਵੀ ਯੋਗਤਾ ਹੈ ਜੋ ਵੀ ਤੁਹਾਡੇ ਕੋਲ ਬੀਏ ਹੈ, ਬੀਐਸਸੀ ਹੈ, ਬੀਕੋਮ ਹੈ, ਜੋ ਵੀ ਤੁਹਾਡੇ ਕੋਲ ਗ੍ਰੈਜੂਏਸ਼ਨ ਸੰਬੰਧੀ 3 ਜਾਂ 4 ਸਾਲ ਦਾ ਕੋਰਸ ਹੈ ਉਸ ਸੰਬੰਧੀ ਕੀ ਹੈ? ਆਪਣੀ ਯੋਗਤਾ ਨੂੰ ਅਪਲੋਡ ਕਰ ਸਕਦੇ ਹੋ ਔਰ ਨਾਲ ਹੀ ਸਰਟੀਫਿਕੇਟ ਦੀ ਸਕੈਨਡ ਕਾਪੀ ਜੋ ਹੈ ਅਪਲੋਡ ਕਰਨੀ ਹੋਏਗੀ ਔਰ ਲਾਸਟ ਡੇਟ ਕਿੰਨੀ ਦਿੱਤੀ ਹੋਈ ਹੈ? 13 11 2021 ਸ਼ਾਮ 5 ਵਜੇ ਤੱਕ। ਇਸ ਤੋਂ ਬਾਅਦ ਕੀ ਕਿਹਾ ਗਿਆ ਹੈ? ਉਮੀਦਵਾਰ ਆਪਣੇ ਲੌਗਇਨ ਆਈਡੀ ਤੇ ਲੌਗਇਨ ਕਰਕੇ ਉਪਰੋਕਤ ਮਿਤੀ ਤੱਕ ਗ੍ਰੈਜੂਏਸ਼ਨ ਪਾਸ ਬੰਦੀ ਯੋਗਤਾ ਅਪਡੇਟ ਕਰਨ ਕਰਕੇ ਸਬੰਧਿਤ ਸਰਟੀਫਿਕੇਟ ਦੀ ਕਾਪੀ ਸਕੈਨ ਕਰਕੇ ਅਪਲੋਡ ਕਰਨਾ ਯਕੀਨੀ ਬਣਾਉਣਗੇ ਇਸ ਉਪਰੰਤ ਉਪਰੰਤ ਲਾਜ਼ਮੀ ਤੌਰ ਤੇ ਫਾਰਮ ਅਪਰੂਵ ਕਰਕੇ ਲੋਕ ਕਰਨਗੇ ਮਤਲਬ ਤੁਸੀਂ ਇਹ ਨਹੀਂ ਕਰਨਾ ਕਿ ਸਿਰਫ ਫੋਟੋ ਅਪਲੋਡ ਕੀਤੀ ਮਾਰਕਸ ਅਪਲੋਡ ਕੀਤੇ ਉਸ ਤੋਂ ਬਾਅਦ ਉਸ ਨੂੰ ਅਪਰੂਵ ਕਰਕੇ ਲੋਕ ਕਰਨਾ ਵੀ ਜ਼ਰੂਰੀ ਹੈ ਅਗਰ ਤੁਸੀਂ ਲੋਕ ਨਹੀਂ ਕਰੋਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਮਾਰਕਸ ਜੋ ਹੈ ਉਹ ਅਪਲੋਡ ਨਹੀਂ ਹੋਣਗੇ ਲਾਸਟ ਵਾਲੀ ਲਾਈਨ ਕੀ ਹੈ ਇਹ ਸੂਚਨਾ ਕੇਵਲ ਇਸ ਪਬਲਿਕ ਨੋਟਿਸ ਰਾਹੀਂ ਦਿੱਤੀ ਜਾ ਰਹੀ ਹੈ ਅਤੇ ਇਹ ਸਮਾਂ ਸੀਮਾ ਖਤਮ ਹੋਣ ਉਪਰੰਤ ਕਿਸੇ ਉਮੀਦਵਾਰ ਦੀ ਇਸ ਸੰਬੰਧੀ ਪ੍ਰਤੀ ਬੇਨਤੀ ਵਿਚਾਰੀ ਨਹੀਂ ਜਾਵੇਗੀ ਸੋ ਜੇਕਰ ਤੁਸੀਂ ਇਸ ਡੇਟ ਤੋਂ ਪਹਿਲੇ ਪਹਿਲੇ ਫਿਲ ਕਰ ਲੈਂਦੇ ਹੋ ਆਪਣੀ ਗ੍ਰੈਜੂਏਸ਼ਨ ਦੇ ਮਾਰਕਸ ਤਾਂ ਵਧੀਆ ਉਸ ਤੋਂ ਬਾਅਦ ਤੁਹਾਡੀ ਕਿਸੇ ਦੀ ਵੀ ਕੋਈ ਵੀ ਮੇਲ ਜੋ ਹੈ ਉਸ ਨੂੰ ਵਿਚਾਰਿਆ ਨਹੀਂ ਜਾਏਗਾ ਕੀ ਤੁਹਾਡਾ ਰਿਜ਼ਲਟ ਨਹੀਂ ਆਇਆ ਜਾਂ ਕੋਈ ਵੀ ਮਾਰਕਸ ਅਪਲੋਡ ਕਰਨੇ ਤੁਸੀਂ ਭੁੱਲ ਗਏ ਜਾਂ ਲੌਕ ਕਰਨਾ ਭੁੱਲ ਗਏ ਇਸ ਲਈ ਤੁਸੀਂ ਜੋ ਟਾਈਮਿੰਗ ਦਿੱਤੀ ਹੈ 13 11 2021 ਸ਼ਾਮ 5 ਵਜੇ ਤੱਕ ਇਸ ਨੂੰ ਅਪਲੋਡ ਕਰਨਾ ਜ਼ਰੂਰੀ ਸਮਝੋ ਸੋ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਨੂੰ ਕੀ ਹੈ ਫਿਲ ਕਰ ਸਕਣ ਗ੍ਰੈਜੂਏਸ਼ਨ ਦੇ ਮਾਰਕਸ ਸੋ ਮਿਲਦੇ ਆ ਕੋਈ ਹੋਰ ਅਪਡੇਟ ਆਉਂਦੀ ਆ ਤਾਂ ਥੈਂਕ ਯੂ ਸੋ ਮਚ